ਤੋਂ ਪਹਿਲਾਂ ਆਪਾਂ ਕਰਦੇ ਹਾਂ ਮੁੜ ਵੇਖਿਆ ਪਿੰਡ ਵਾਰਤਕ ਲੇਖ ਦੀ ਰਿਵੀਜ਼ਨ ਕਰਦੇ ਹਾਂ ਜੋ ਅੱਜ ਤੁਹਾਡਾ ਟੈਸਟ ਹੈ ਟੈਸਟ ਗੂਗਲ ਫਾਰਮ ਚ ਆਏਗਾ ਤੁਸੀਂ ਕਰੈਕਟ ਆਪਸ਼ਨ ਨੂੰ ਟਿਕ ਕਰਨਾ ਹੈ ਮੁੜ ਵੇਖਿਆ ਪਿੰਡ ਵਾਰਤਕ ਲੇਖ ਬਲਰਾਜ ਸਾਨੀ ਦਾ ਲਿਖਿਆ ਹੋਇਆ ਧਿਆਨ ਨਾਲ ਸੁਣਿਓ ਚੈਪਟਰ ਬਲਰਾਜ ਸਾਨੀ ਦਾ ਲਿਖਿਆ ਹੋਇਆ ਲੇਖ ਹੈ ਮੁੜ ਵੇਖਿਆ ਪਿੰਡ ਕਿਹਦੇ ਚੋਂ ਲਿਆ ਗਿਆ ਹੈ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਇਹ ਵਨ ਮਾਰਕ ਕੁਐਸਚਨ ਨੋਟ ਕਰ ਲਓ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਇਹ ਵਾਰਤਕ ਲੇਖ ਲਿਆ ਗਿਆ ਹੈ ਬਲਰਾਜ ਸਾਨੀ ਦਾ ਜਨਮ ਕਦੋਂ ਹੋਇਆ 1 ਮਈ 1913 ਲੇਖਕ ਦੇ ਬਾਰੇ ਨੋਟ ਕਰੋ 1 ਮਈ 1913 ਨੂੰ ਬਲਰਾਜ ਸਾਨੀ ਦਾ ਜਨਮ ਹੋਇਆ 1 ਮਈ 1913 ਹੁਣ ਆਪਸ਼ਨ ਤਾਂ ਅਲੱਗ ਅਲੱਗ ਆ ਸਕਦੀਆਂ 1 ਮਈ 1912 1 ਮਈ 1914 1 ਜੂਨ 1912 ਜਾਂ 1 ਮਈ 1913 ਫਿਰ ਤੁਸੀਂ ਕਰੈਕਟ ਆਪਸ਼ਨ ਤਾਂ ਹੀ ਟਿਕ ਕਰੋਗੇ ਬੇਟੇ ਜੇਕਰ ਤੁਸੀਂ ਅੱਛੀ ਤਰ੍ਹਾਂ ਲੈਸਨ ਰੀਡ ਕੀਤਾ ਹੋਇਆ ਲੇਖਕ ਦੇ ਬਾਰੇ ਸਮਝਿਆ ਹੋਇਆ ਫਿਰ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਠੀਕ ਹੈ ਬੇਟੇ ਨੈਕਸਟ ਲਾਈਨ ਹੈ ਸ੍ਰੀ ਹਰਬੰਸ ਲਾਲ ਸਾਨੀ ਤੇ ਮਾਤਾ ਸ਼੍ਰੀਮਤੀ ਲਕਸ਼ਮੀ ਬਾਈ ਦੇ ਘਰ ਰਾਵਲ ਪਿੰਡੀ ਵਿਖੇ ਹੋਇਆ ਉਹਨਾਂ ਦਾ ਪਿੰਡ ਕਿਹੜਾ ਸੀ ਰਾਵਲ ਪਿੰਡੀ ਪਾਕਿਸਤਾਨ ਜਨਮ ਸਥਾਨ ਪਾਕਿਸਤਾਨ ਨੋਟ ਕਰੋ ਬੇਟੇ ਬਲਰਾਜ ਸਾਨੀ ਜੋ ਕਿ ਲੇਖਕ ਹੋਇਆ ਉਹਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਉਸੇ ਅੰਦਰ ਇੱਛਾ ਪੈਦਾ ਹੋਈ ਕਿਹੜੀ ਇੱਛਾ ਪੈਦਾ ਹੋਈ ਜੇ ਵਨ ਮਾਰਕ ਕੁਐਸਚਨ ਆ ਜਾਏ ਆਪਣਾ ਘਰ ਦੇਖਣ ਦੀ ਆਪਣਾ ਬਚਪਨ ਦਾ ਪਿੰਡ ਦੇਖਣ ਦੀ ਆਪਣੀ ਜਨਮ ਭੂਮੀ ਦੇਖਣ ਦੀ ਯੈਸ ਬੇਟੇ ਕਿਹੜਾ ਦੇਵਾਂਗੇ ਜਨਮ ਭੂਮੀ ਪਾਕਿਸਤਾਨ ਔਰ ਜੇ ਕੁਐਸਚਨ ਆ ਜਾਏ ਉਹਨਾਂ ਦੀ ਜਨਮ ਭੂਮੀ ਕਿਹੜੀ ਹੈ ਪਾਕਿਸਤਾਨ ਭੇਰਾ ਪਿੰਡ ਉਹਨਾਂ ਦਾ ਪਿੰਡ ਕਿਹੜਾ ਹੈ ਭੇਰਾ ਪਿੰਡ ਉਹ ਕਿੱਥੇ ਜਾਣ ਲਈ ਉਤਾਵਲਾ ਹੈ ਭੇਰਾ ਪਿੰਡ ਦੇਖਣ ਲਈ ਉਤਾਵਲਾ ਹੈ ਨੋਟ ਕਰੋ ਬੱਚੇ ਅਜੇ ਕੁਐਸਚਨਸ ਕਿੱਥੇ ਜਾਣ ਲਈ ਉਤਾਵਲਾ ਹੈ ਭੇਰਾ ਪਿੰਡ ਦੇਸ਼ ਦੀ ਵੰਡ ਹੋਈ ਉਹਨਾਂ ਦਾ ਪਰਿਵਾਰ ਕਿੱਥੇ ਆ ਗਿਆ ਹਿੰਦੁਸਤਾਨ ਤੇ ਹੁਣ ਉਹਨੂੰ ਕਦੋਂ ਸਮਾਂ ਮਿਲਿਆ ਹੈ ਜਾਣ ਦਾ ਕਿਹੜਾ ਸਮਾਂ ਹੈ 16 ਅਕਤੂਬਰ 1962 ਦਾ ਸਮਾਂ ਹੈ ਜਦੋਂ ਉਸਨੂੰ ਭੇਰੇ ਪਿੰਡ ਜਾਣ ਦਾ ਸਮਾਂ ਮਿਲਿਆ ਮੌਕਾ ਮਿਲਿਆ ਹੈ ਇਹ ਵੇਲਾ ਉਹ ਆਪਣੇ ਹੱਥੋਂ ਖੁੰਝਾਉਣਾ ਨਹੀਂ ਚਾਹੁੰਦਾ ਜੇ ਕੁਐਸਚਨ ਆ ਜਾਏ ਕਿਹੜਾ ਵੇਲਾ ਜਿਹੜਾ ਲੇਖਕ ਹੈ ਬਲਰਾਜ ਸਾਨੀ ਕਿਹੜਾ ਵੇਲਾ ਹੱਥੋਂ ਨਹੀਂ ਖੁੰਝਾਉਣਾ ਚਾਹੁੰਦਾ ਆਪਣਾ ਭੇਰਾ ਪਿੰਡ ਦੇਖਣ ਦਾ ਵੇਲਾ ਉਸਕੋ ਕਿੰਨਾ ਸਮਾਂ ਮਿਲਿਆ ਹੈ 3 ਘੰਟੇ ਦਾ ਸਮਾਂ ਕਿੰਨਾ ਸਮਾਂ ਮਿਲਿਆ ਬੇਟੇ 3 ਘੰਟੇ ਦਾ ਸਮਾਂ ਮਿਲਿਆ ਹੈ ਉਸਨੂੰ ਆਪਣਾ ਭੇਰਾ ਪਿੰਡ ਦੇਖਣ ਦੇ ਲਈ ਉਸਦੀ ਜਨਮ ਭੂਮੀ ਕੀ ਹੈ ਰਾਵਲ ਪਿੰਡੀ ਪਾਕਿਸਤਾਨ ਪਿਤਾ ਦਾ ਨਾਮ ਕੀ ਹੈ ਹਰਬੰਸ ਲਾਲ ਸਾਨੀ ਨੋਟ ਕਰੋ ਬੇਟੇ ਹਰਬੰਸ ਲਾਲ ਸਾਨੀ ਸਾਨੀ ਕੀ ਹੈ ਸਰ ਨੇਮ ਬਰਾਦਰੀ ਮਾਤਾ ਦਾ ਨਾਮ ਸ਼੍ਰੀਮਤੀ ਲਕਸ਼ਮੀ ਬਾਈ ਲਕਸ਼ਮੀ ਦੇਵੀ ਸੋਰੀ ਉਹਨਾਂ ਨੇ ਅੰਗਰੇਜ਼ੀ ਵਿੱਚ ਐਮ ਏ ਕੀਤੀ 1934 ਵਿੱਚ 1934 ਵਿੱਚ ਅੰਗਰੇਜ਼ੀ ਵਿੱਚ ਅੰਗਰੇਜ਼ੀ ਸਬਜੈਕਟ ਦੇਖੋ ਇੱਕ ਬਲਰਾਜ ਸਾਨੀ ਜਿਹਾ ਲੇਖਕ ਹੋਇਆ ਜਿਹਨੂੰ ਸਾਰੀਆਂ ਭਾਸ਼ਾਵਾਂ ਦੀ ਮੁਹਾਰਤ ਹਾਸਲ ਹੈ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਦੀ ਜੇ ਕੁਐਸਚਨ ਆ ਜਾਏ ਇੰਗਲਿਸ਼ ਦੀ ਵੀ ਹਿੰਦੀ ਦੀ ਵੀ ਔਰ ਪੰਜਾਬੀ ਦੀ ਵੀ ਕਿਉਂਕਿ ਇੰਗਲਿਸ਼ 'ਚ ਉਹਨਾਂ ਨੇ ਐਮ ਏ ਕੀਤੀ ਪੰਜਾਬੀ ਵਿੱਚ ਮੁਹਾਰਤ ਕਦੋਂ ਹਾਸਲ ਕੀਤੀ ਜਦੋਂ ਉਹਨਾਂ 'ਤੇ ਟੈਗੋਰ ਦਾ ਪ੍ਰਭਾਵ ਪਿਆ ਜਦੋਂ ਟੈਗੋਰ ਦੇ ਅੱਗੇ ਆਪਣੀਆਂ ਰਚਨਾਵਾਂ ਲੈ ਕੇ ਗਏ ਅੰਗਰੇਜ਼ੀ ਵਿੱਚ ਲਿਖ ਕੇ ਤਾਂ ਉਹਨਾਂ ਨੇ ਕਿਹਾ ਤੁਸੀਂ ਰਹਿਣ ਦੇ ਕਿੱਥੋਂ ਵਾਲੇ ਹੋ ਤਾਂ ਕਿਹਾ ਮੈਂ ਪੰਜਾਬ ਦਾ ਰਹਿਣ ਵਾਲਾ ਫਿਰ ਕਹਿੰਦੇ ਤੁਸੀਂ ਪੰਜਾਬੀ ਬੋਲੀ 'ਚ ਕਿਉਂ ਨਹੀਂ ਰਚਨਾਵਾਂ ਰਚਦੇ ਅਜੇ ਪ੍ਰਭਾਵਿਤ ਹੋਏ ਕਿ ਬਲਰਾਜ ਸਾਨੀ ਨੇ ਬਹੁਤ ਸਾਰਾ ਢੇਰ ਸਾਰਾ ਸਾਹਿਤ ਪੰਜਾਬੀ ਵਿੱਚ ਲਿਖਿਆ ਇਹਦਾ ਮਤਲਬ ਪੰਜਾਬੀ ਨਾਲ ਪਿਆਰ ਕਰਨ ਵਾਲਾ ਲੇਖਕ ਬਲਰਾਜ ਸਾਨੀ ਔਰ ਹਿੰਦੀ ਦੇ ਉਹ ਅਧਿਆਪਕ ਬਣੇ ਹੈ ਜਦੋਂ ਰਵਿੰਦਰ ਨਾਥ ਟੈਗੋਰ ਨੇ ਸਕੂਲ ਖੋਲ੍ਹਿਆ ਸੀ ਸ਼ਾਂਤੀ ਨਿਕੇਤਨ ਵਿਸ਼ਵ ਵਿਆਪੀ ਪ੍ਰਸਿੱਧੀ ਹਾਸਲ ਕਰਨ ਵਾਲਾ ਸਕੂਲ ਹੈ ਵਿਸ਼ਵ ਵਿਆਪੀ ਪ੍ਰਸਿੱਧੀ ਹਾਸਲ ਕਰਨ ਵਾਲਾ ਸਕੂਲ ਕਿਹੜਾ ਸਕੂਲ ਬੇਟੇ ਸ਼ਾਂਤੀ ਨਿਕੇਤਨ ਜਨਮ ਭੂਮੀ ਤੇ ਖੋਲ੍ਹਿਆ ਸੀ ਆਪਣੀ ਬੋਲਪੁਰ ਦੀ ਧਰਤੀ ਤੇ ਉੱਥੇ ਬਲਰਾਜ ਸਾਨੀ ਨੂੰ ਹਿੰਦੀ ਦੇ ਅਧਿਆਪਕ ਬਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਸੀ ਕਲੀਅਰ ਹੈ ਬੇਟੇ ਇੱਥੋਂ ਤੱਕ ਕੁਐਸਚਨਸ ਨੈਕਸਟ ਉਹਨਾਂ ਦਾ ਮੁੱਖ ਕਿੱਤਾ ਕੀ ਸੀ ਕੌਣ ਦੱਸੇਗਾ ਮੁੱਖ ਕਿੱਤਾ ਕੀ ਸੀ ਵਪਾਰ ਗਾਇਕੀ ਐਕਟਿੰਗ ਹਾਂਜੀ ਬੇਟੇ ਕੌਣ ਦੱਸੇਗਾ ਦਿਵਿਆ
यस बेटे मुख किता केड़ा मैम एक्टिंग एक्टिंग वेरी गुड इस तरह तुसी चार ऑप्शन दित्तियां होनगियां तुसी रेलेवेंट जड़ी ऑप्शन है उन्हों टिक करना है तीन ऑप्शन जड़ियां होनगियां इररेलेवेंट होनगियां मुख किता एक्टिंग मैं स्पैलिंग लिख देनी है वैसे तुहानूं स्पैलिंग तां हुण जो गूगल फॉर्म विच टेस्ट आना उत्थे तां स्पैलिंग तुहानूं अपना लिखण की लोड़ ही नहीं पैनी उत्थे तां तुसीं सिर्फ मल्टीपल चॉइस जिहड़े क्वेश्चन आने क्विज टाइप उहदे विच तुसीं करैक्ट ऑप्शन टिक करनी है हाँ जी बेटे प्रतीक्षा कोई डाउट है बेटे प्रतीक्षा मैम तुसीं क्वेश्चन नहीं नहीं मैम उदां ही हैंडल सी रहे तुसीं क्वेश्चन पुछा सी ना उसनूं आंसर करन दी ओके बेटे ਪੰਜਾਬੀ ਵਿੱਚ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਮੇਰਾ ਪਾਕਿਸਤਾਨੀ ਸਫ਼ਰਨਾਮਾ ਮੇਰਾ ਰੂਸੀ ਸਫ਼ਰਨਾਮਾ ਗੈਰ ਜਜ਼ਬਾਇਤੀ ਡਾਇਰੀ ਮੇਰੀ ਫਿਲਮੀ ਆਤਮਕਥਾ ਹੁਣ ਕੁਸ਼ਚਨ ਆ ਸਕਦਾ ਹੈ ਬਲਰਾਜ ਸਾਹਨੀ ਦੀ ਇਹਨਾਂ ਵਿੱਚੋਂ ਕਿਹੜੀ ਰਚਨਾ ਨਹੀਂ ਹੈ ਹੁਣ ਮੈਂ ਰਚਨਾਵਾਂ ਦੇ ਨਾਮ ਬੋਲਦੀ ਹਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ ਲੰਮੀ ਨਦਰ ਮੇਰਾ ਰੂਸੀ ਸਫ਼ਰਨਾਮਾ ਗੈਰ ਜਜ਼ਬਾਇਤੀ ਡਾਇਰੀ की आंसर दोगे करेक्ट आंसर बोलो केड़ी रचना बलराज सानी दी नहीं है बोलो बेटे रेज योर हैंड्स मेरा पाकिस्तानी सफरनामा मेरा रूसी सफरनामा लम्मी नदर मेरी गैर जज्बाइती डायरी रियांशिका हाँ जी बेटे आंसर बोलो मैम लम्मी नदर Yes, लंबी नजर दा तां लेखक दीआं रचनावां विच नाम ही नहीं आया आपां आंसर किन्नू लिखांगे लंबी नजर जो कि बलराज सानी दी रचना नहीं है क्लियर बेटे नेक्स्ट लेखक आजादी तो किन्ने दहाके बाद अपनी जन्म भूमि वल जा रहा है पाकिस्तानी यात्रा ते जा रहा है किन्ने दहाके बाद तीन दहाके बाद चार दहाके बाद दो दहाके बाद के एक दहाके बाद पहले तो दहाके का मीनिंग आना चाहिए दहाका मीन्स दस साल ठीक है बेटे हुण किन्ने दहाके बाद वो जा रहे अपनी जन्म भूमि जान दा उन्हों मौका मिलिया है कि वो अपना पेरा पिंड देखना चाहता है यस बेटे कौन बोलेगा बच्चे आंसर फ्रॉम बॉय साइड आज बच्चे सारे दी पार्टिसिपेशन होए सारे ने आज गूगल फॉर्म च टेस्ट देना है ਇਹ ਮੈਂਡੇਟਰੀ ਹੈ ਬੇਟੇ ਤੁਹਾਡੇ ਇੰਟਰਨਲ ਅਸੈਸਮੈਂਟ ਦਾ ਪਾਰਟ ਹੈ ਐਬਸੈਂਟ ਨਹੀਂ ਹੋਣਾ ਟੈਸਟ ਵਿੱਚ ਬੋਲੋ ਬੱਚੇ ਚਾਰਵੀ ਆਂਸਰ ਬੋਲੋ ਬੇਟੇ ਚਾਰਵੀ ਚਾਰਵੀ ਆਂਸਰ ਬੋਲੋਗੇ ਬੱਚੇ ਹਾਂਜੀ ਬੇਟੇ ਬੋਲੋ ਕਿੰਨੇ ਦਹਾਕੇ ਬਾਅਦ ਉਹਨੂੰ ਆਪਣਾ ਭੇਰਾ ਪਿੰਡ ਦੇਖਣ ਦਾ ਮੌਕਾ ਮਿਲਿਆ ਸ਼ਬਦ ਬੇਟੇ ਤੁਹਾਡੀ ਲੇਟ ਐਂਟਰੀ ਹੋ ਰਹੀ ਹੈ ਸ਼ਬਦ ਤੁਸੀਂ ਬਹੁਤ ਲੇਟ ਐਂਟਰ ਹੋਏ ਹੋ ਕਲਾਸ 'ਚ ਵੈਸੇ ਵੀ ਤੁਸੀਂ ਇਰੈਗੂਲਰ ਵੀ ਬਹੁਤ ਹੋ ਲਾਸਟ 2 ਵੀਕ ਤੁਸੀਂ ਕੋਈ ਕਲਾਸ ਨਹੀਂ ਲਗਾਈ ਬੇਟੇ ਇਹ ਤੁਹਾਡੇ ਅੱਛਾ ਸਾਈਨ ਨਹੀਂ ਹੈ ਆਪਾਂ ਜੇ ਸਕਸੈਸਫੁਲ ਪਰਸਨ ਬਣਨਾ ਜ਼ਿੰਦਗੀ 'ਚ ਤਾਂ ਆਪਾਂ ਨੂੰ ਜ਼ਿੰਦਗੀ 'ਚ ਰੈਗੂਲਰ ਸੰਸੀਅਰ ਹੋਣਾ ਬਹੁਤ ਜ਼ਰੂਰੀ ਹੈ ਬੇਟੇ ਆਪਣੀ ਸਟੂਡੈਂਟ ਲਾਈਫ 'ਚ ਕੀ ਆਂਸਰ ਹੋਏਗਾ ਦਿਵਿਆ ਦਿਵਿਆ ਚਾਰ ਦਹਾਕੇ ਬਾਅਦ ਨਹੀਂ ਬੇਟੇ ਆਜ਼ਾਦੀ ਤੋਂ ਬਾਅਦ ਕਿਹਾ ਮੈਂ ਆਜ਼ਾਦੀ ਤੋਂ ਬਾਅਦ ਉਦਾਂ ਉਹਨੂੰ ਆਪਣੇ ਜਨਮ ਭੂਮੀ ਛੱਡਿਆ ਬਹੁਤ ਸਮਾਂ ਹੋ ਗਿਆ ਚਾਰ ਦਹਾਕੇ ਮੀਨ ਉਹ ਤਾਂ 40 ਸਾਲ ਹੋ ਗਏ ਨਾ 40 ਸਾਲ ਆਜ਼ਾਦੀ ਤੋਂ ਬਾਅਦ ਜਦੋਂ ਵਰਡ ਆ ਗਏ ਫਿਰ ਇੱਥੇ ਤੁਸੀਂ ਕਨਫਿਊਜ਼ ਹੋ ਜਾਣਾ ਹੁਣ ਦੱਸੋ ਕਿੰਨੇ ਦਹਾਕੇ ਬਣੇ ਹਾਂਜੀ ਬੇਟੇ ਆਜ਼ਾਦੀ ਤੋਂ ਬਾਅਦ ਲਗਭਗ ਅਪਰੋਕਸੀਮੇਟਲੀ ਕੁਝ ਪੱਕੇ ਤੌਰ ਤੇ ਤਾਂ ਆਪਾਂ ਕਹਿ ਨਹੀਂ ਸਕਦੇ ਲਗਭਗ ਕੀ ਕਵਾਂਗੇ ਇੱਕ ਦਹਾਕਾ ਵੀ ਨਹੀਂ ਬਣਦਾ ਕਿੰਨੇ ਦਹਾਕੇ ਬਣਦੇ ਹੈ ਰਿਅੰਸ਼ਿਕਾ ਕਿੰਨੇ ਦਹਾਕੇ ਬਣਦੇ ਬੇਟੇ ਦੋ ਦਹਾਕਿਆਂ ਬਾਅਦ ਲਗਭਗ ਜੀਆ ਬੋਲੇਗੀ ਜੀਆ ਆਂਸਰ ਬੋਲੋ ਬੇਟੇ ਕਿੰਨੇ ਦਹਾਕੇ ਬਾਅਦ ਜਾ ਰਹੇ ਹਨ ਤਿੰਨ ਦਹਾਕੇ ਨਹੀਂ ਬੇਟੇ ਦੋ ਦਹਾਕੇ ਤਿੰਨ ਦਹਾਕੇ ਤਾਂ 30 ਸਾਲ ਹੋ ਗਏ ਇੱਕ ਦਹਾਕੇ ਵਿੱਚ 10 ਸਾਲ ਹੁੰਦੇ ਆ ਲਗਭਗ 2 ਸਾਲ ਲਗਭਗ 2 ਦਹਾਕੇ ਸੋਰੀ ਠੀਕ ਹੈ ਕਿਉਂਕਿ 20 ਸਾਲ ਵੀ ਨਹੀਂ ਪੂਰੇ ਹੋਏ 1947 ਵਿੱਚ
आजादी मिली साढ़े देश नू, और उस तो बाद एक दहाका तक कंप्लीट हो गया, लगभग दो दहाके बाद 1962 का समा है। ठीक है बच्चे, क्लियर है? दो दहाके बाद उन्होंने अपनी जन्मभूमि दे मोहवश पाकिस्तान की उन्हें यात्रा की है, क्योंकि उन्होंने वतन का प्यार, मिट्टी की खिच अपने वाल खिचा पाती है। नैक्सट उसके नाल उससे किड़े किड़े मित्र हैं, सिकंदर, शाकिर ते मुस्तमहीन, जेडे कि उसके नाल जा रहे हैं। उन्हें किन्ना समा मिलिया? 3 घंटे का समा है भेरा पिंड देखने दे लई। भेरा पिंड की है? भेरा पिंड की है? उसकी जन्म भूमि है। नोट कर लो 1 मार्क क्वेश्चन, तुसीं बस करैक्ट ऑप्शन नूं तुहाडे माइंड विच होना चाहिए कि इहदा करैक्ट आंसर की है। भेरा पिंड उसकी जन्म भूमि है। सब तो पहला किहड़ा मोहल्ला आंदा है, कौन दसेगा? सब तो पहला भेरा पिंड पहुंच के किहड़ा मोहल्ला आंदा है? हाँ जी दिव्या, सहानिया दा मोहल्ला। ऑप्शन दिती होगी आनंदा दा मोहल्ला, कोलिया दा मोहल्ला, सानिया दा मोहल्ला, जां कुकरान बरादरी वाले दा मोहल्ला। आपां आंसर की देवांगे? सहानिया दा मोहल्ला। ये मोहल्ले जिहड़े ने, आनंद मोहल्ला होया, कोलिया दा मोहल्ला होया, सानी मोहल्ला, ये किहड़ी बरादरी वाले दे मोहल्ले ने? कौन दसेगा आंसर? किहड़ी बरादरी वाले दे मोहल्ले ने? एक बरादरी दा नाम आया है विच। हाँ जी रियांशिका। मैम खुखरान बरादरी। यस बेटे, केड़ी बरादरी दा नाम आया है? खुखरान। स्पेलिंग देख लो, उत्थे ऑप्शन आ सकती है खुखरान, खुखरान, खुखरान। की वर्ड है खुखरान बरादरी दा, दे सारे मोहल्ले हन। मेला कित्थे लगदा हुंदा सी? हाँ जी, कौन दसेगा मेला कित्थे लगदा सी? यस बेटे, घड़ीपन विच मेला लगदा सी, दरिया दे कंडे मेला लगदा सी, चिड़ी चौक विच मेला लगदा सी, जां भेरा पिंड विच मेला लगदा सी? यस बेटे बॉयज, बेटे धैर्य है, आंसर बोलो बच्चे। पूरा चैप्टर अच्छी तरह आपां रीड किया होया। अनोखा मेला कित्थे लगदा सी? जदों लेखक बस राही जा रहा है तो उहदे अगे सारियां तस्वीरां कल्पना दे विच जड़ियां साकार हो रही ने, तो उन्हें याद आया कि अनोखा मेला कित्थे लगता हुंदा सी? कौन दसेगा? बेटे इस तरह नहीं, मैं तुम्हें बार बार कहनी है थोड़ी क्लास पार्टिसिपेशन जरूरी है। बॉय साइड देखो, सारिया गर्ल्स ही मैं क्लास पार्टिसिपेशन देंदिया ने। यस बेटे प्राची, प्राची। यस मैम। ਕਿਹੜਾ ਮਹੱਲ ਕਿਹੜਾ ਸਥਾਨ ਸੀ ਜਿੱਥੇ ਅਨੋਖਾ ਮੇਲਾ ਲੱਗਦਾ ਸੀ? ਕਿਹੜਾ ਪੜਾ ਆਂਦਾ ਸਭ ਤੋਂ ਪਹਿਲਾਂ? ਚਿੜੀ ਚੌਕ ਦੇ ਨੇੜੇ। ਚਿੜੀ ਚੌਕ, ਕਿਹੜਾ ਪੜਾ? ਚਿੜੀ ਚੌਕ। ਹੋਰ ਵੀ ਪੜਾਵਾਂ ਦੀ ਗੱਲ ਕੀਤੀ ਹੈ, ਕਿਹੜੇ ਪੜਾਵਾਂ ਦੀ ਗੱਲ ਕੀਤੀ ਹੈ? ਕਿ ਉੱਥੇ ਘੜੀਪਨ ਵੀ ਆਉਂਦਾ ਹੈ, ਉੱਥੇ ਘੜੀਪਨ ਤੋਂ ਬਾਅਦ ਦਰਿਆਵਾਂ ਦਾ ਇਲਾਕਾ ਵੀ ਆਉਂਦਾ ਹੈ, ਤੇ ਔਰਤਾਂ ਜਿਹੜੇ ਲੇਖਕ ਦੇ ਤਾਈ ਜੀ ਸੀ ਕਿਹੜੇ ਦਰਿਆ ਤੇ ਇਸ਼ਨਾਨ ਕਰਨ ਜਾਂਦੇ ਸਨ? ਚਲੋ ਆਂਸਰ ਬੋਲੋ। ਰਾਵੀ ਦਰਿਆ ਤੇ, ਬਿਆਸ ਦਰਿਆ ਤੇ, ਜ਼ੇਲਮ ਦਰਿਆ ਤੇ, ਅਟਕ ਦਰਿਆ ਤੇ? ਕਿਹੜੇ ਦਰਿਆ ਤੇ ਇਸ਼ਨਾਨ ਕਰਨ ਜਾਂਦੇ ਸਨ ਆਪਣੀਆਂ ਸਾਥਣਾਂ ਦੇ ਨਾਲ? ਮੈਂ ਬੱਚੇ ਵੇਟ ਕਰਦੀ ਹੁੰਦੀ ਹਾਂ ਕਿ ਜਿਹੜੇ ਬੋਇਜ਼ ਹੈ ਉਹ ਵੀ ਆਂਸਰ ਦੇਣ, ਬਟ ਉਹਨਾਂ ਵਿੱਚੋਂ ਪਤਾ ਨਹੀਂ ਕਿ ਕੋਈ ਵੀ ਬੱਚਾ ਜਿਹੜਾ ਹੈ ਪਾਰਟੀਸਪੇਟ ਨਹੀਂ ਕਰਦਾ, ਕਲਾਸ ਰਿਸਪੋਂਸ ਨਹੀਂ ਦਿੰਦਾ। ਯੈਸ ਬੇਟੇ ਦੀਪਤੀ। ਮੈਮ ਜੇਹਲਮ ਦਰਿਆ ਤੇ। ਯੈਸ ਬੇਟੇ ਜੇਹਲਮ ਦਰਿਆ, ਜੇਹਲਮ ਦਰਿਆ ਦੇ ਸਪੈਲਿੰਗ ਇਸ ਤਰ੍ਹਾਂ ਵੀ ਠੀਕ ਨੇ ਔਰ ਇਸ ਤਰ੍ਹਾਂ ਵੀ, ਪਰ ਜਦੋਂ ਸ਼ੁੱਧ ਕਰੋ ਵਰਡ ਲਿਖਣਾ ਨਾ ਤਾਂ ਆਹ ਜੇਹਲਮ ਦਰਿਆ ਹੈ, ਸ਼ੁੱਧ ਕਰੋ ਵਰਡ ਵਿੱਚ ਆਏਗਾ ਨਾ ਜਦੋਂ ਤੁਹਾਡੀ ਸ਼ਬਦ ਸ਼ੁੱਧੀ ਵੀ ਹੈ, ਤਾਂ ਜੇਹਲਮ ਕਿਹੜਾ ਠੀਕ ਹੋਣਾ? ਜੱਜੇ ਨੂੰ ਸਿਹਾਰੀ। ਜੇਹਲਮ ਦਰਿਆ ਤੇ ਲੇਖਕ ਦੇ ਤਾਈ ਜੀ ਆਪਣੀਆਂ ਸਾਥਣਾਂ ਨਾਲ ਇਸ਼ਨਾਨ ਕਰਨ ਜਾਂਦੇ। ਉਲਟਾ ਵੀ ਆ ਸਕਦਾ ਕੁਸ਼ਚਨ, ਜੇਹਲਮ ਦਰਿਆ ਤੇ ਕੌਣ ਇਸ਼ਨਾਨ ਕਰਨ ਜਾਂਦਾ? ਲੇਖਕ ਦੀ ਭੈਣ, ਲੇਖਕ ਦੇ ਮਾਂ ਜੀ, ਲੇਖਕ ਦੇ ਦਾਦੀ ਜੀ, ਲੇਖਕ ਦੇ ਤਾਈ ਜੀ? ਤਾਂ ਆਪਾਂ ਕੀ ਆਂਸਰ ਦੇਣਾ ਹੈ? ਲੇਖਕ ਦੇ ਤਾਈ ਜੀ ਆਪਣੀਆਂ ਸਾਥਣਾਂ ਨਾਲ ਇਸ਼ਨਾਨ ਕਰਨ ਜਾਂਦੇ ਸਨ। ਲੇਖਕ ਦੇ ਛੋਟੇ ਭਰਾ ਦਾ ਕੀ ਨਾਮ ਸੀ?
लेखक के छोटे भरा का की नाम है? चौधरी, चौधरी गुलाम मुहम्मद, दोस्त मुहम्मद, सिकंदर या भीषम? यस बेटे, मैं वेट कर रही हूँ कि मैं बॉयज कोई ना कोई रिस्पॉन्स देंगे, अपना हैंड रेज करेंगे, पर नहीं, गलत गल है बेटे। तुम सब कुछ आता है बच्चे, तुम पता नहीं क्यों हैजीटेट करते हो। बॉयज, करणवीर, करणवीर आंसर बोलो बेटे। हरमनप्रीत, हरमनप्रीत, लेखक दे भरा दा छोटे भरा दा की नाम सी? हरमनप्रीत। यस बेटे, धैर्य, धैर्य आंसर बोलो बच्चे। लेखक दे छोटे भरा दा नाम, चलो एनी हाउ। यस बेटे, प्राची। यस मैम। करणवीर बोलेगा। यस भीष्म सी। करणवीर। यस बेटे, करणवीर की नाम सी बेटे? लेखक दे छोटे भरा दा नाम? चौधरी गुलाम मोहम्मद। नो बेटे, लेखक दे छोटे भरा दा नाम चौधरी गुलाम मोहम्मद नाल की रिश्ता जे क्वेश्चन आ जाए कि उसका छोटा भरा है, उसका वड्डा भरा है, जां दादे पोतरे भरा हन? चौधरी गुलाम मोहम्मद नाल तां उहदा रिश्ता दादे पोतरे दोनों भरा ने, क्योंकि उन्होंने दादे आपस में भरा लगते सन, इस करके लेखक ते वह भी आपस में भरा लगे। पर उसे छोटे भरा का नाम भीषम है। यदा मतलब तुहाडी तैयारी नहीं है अज के टैस्ट की, लैसन थोरली रीड करो। चौधरी गुलाम मोहम्मद नाल उसका की रिश्ता है? वह दादे पोतरे भरा हन, दोवें दादे पोतरे, उन्होंने दादे आपस में भरा सन, इस करके पोतरिया का भी आपस में केड़ा रिश्ता होया? भरावां वाला। पर लेखक का भरा कौन है? लेखक का छोटा भरा भीषम है। भीषम जो कि किदे नाल जांदा हुंदा सी? अपने ताई जी नाल कई बार जेलम दरिया ते जांदा सी। क्लियर है बेटे? लेखक जो भेरे पिंड पहुंचा तो उन्होंने याद आया कि गली की नुक्कर ते की हुंदा सी। कौन दसेगा गली की नुक्कर ते की सी? उन्हां दा घर सी, खेत सन, खूह सी, की सी बेटे? गली दी नुक्कर ते की सी? दिव्या, गली दी नुक्कर ते खूह सी। यस, गली दी नुक्कर ते खूह सी। खूह दे सामने किसा घर सी? लेखक दा, लेखक दे भरा दा, लेखक दे चाचा जी दा। यस बेटे, और लेखक दे ताया जी दा किसा घर सी? अजे क्वेश्चन ही आने ना बेटे। रियांशिका, खूह दे बिल्कुल सामने किसा घर सी? हाँ जी बेटे, रियांशिका। मैम लेखक दे ताया जी दा। लेखक दे चाचा जी दा, ताया जी दा नहीं बेटे, गलत होगी ऑप्शन। फिर लेखक दे चाचा जी दा घर बिल्कुल खूह दे सामने सी। उसे दरवाजे, दरवाजा क्यों जे ढंग दा सी? नवे ढंग दा, पुराने ढंग दा, चोबकारी वाला, केड़े ढंग दा सी? पुराने ढंग दा, जिथे लक्कड़ दी चोबकारी का बेहतरीन काम होया हुआ सी। जे बेहतरीन शब्द का अर्थ आ जाए फिर की लिखोगे? चलो, बेहतरीन शब्द का की अर्थ होंदा? घटिया, वधिया, कमाल दा? यस बेटे, की आंसर दोगे? जिया, कमाल दा। कमाल दा, बेहतरीन मीन्स सुपर, बड़े ही उच्च ढंग दा, उचेच नाल चोबकारी दा काम किता हुआ सी। कोई भी वर्ड मीनिंग आ सकता बेटे। सब तो पहला बस कित्थे रुकनी सी? यस बेटे, चिड़ी चोक, पुलोवाल, घड़ीपन, कित्थे रुकनी सी बेटे? सब तो पहला बस कित्थे रुकनी सी? करणवीर, जदो लेखक बस राही भेरे पिंड जा रहा है बेटे, बस कित्थे रुकनी है और किन्ना समा रुकनी है? करणवीर आंसर बोलो बेटे। किन्ना समा रुकनी है? प्राची। यस मैम। कित्थे रुकनी? पुलोवाल ते, पुलोवाल, पुलोवाल दे अड्डे ते। अड्डा हुंदा है
बस स्टॉपेज, सब तो पहला बस स्टॉपेज केड़ा आना है, पुल्लोवाल दा अड्डा आना है, उत्थे किन्ना समा रुकनी सी बेटे, बस अद्धा घंटा, पौना घंटा, एक घंटा, पौना घंटा, डेढ़ घंटा, केड़ी ऑप्शन ठीक होएगी? पौना घंटा रुकनी है बस, पौना घंटा। लेखक दी मुश्किल नूं समझदिआं बस अड्डे दे प्रबंधक ने बस नूं किन्ने मिंटां विच तोड़ दिता? 25 मिंट, 20 मिंट, 35 मिंट, 15 मिंट। हाँ जी, किन्ने मिनट च तोरिया बस नूं? ये तां क्वेश्चन दा आंसर यस बेटे बॉयज दे सकते हो तुसीं, दुनिया अपने आप नाल बच्चे की सोचा होया कि आपां क्लास रिस्पोंस देना ही नहीं है। करणवीर, किन्ने मिनट च बस तोर दित्ती बस अड्डे दे प्रबंधक ने? लेखक दी मुश्किल नूं समझदिआं, दिव्या बोलो बच्चे आंसर। 15 मिनट च। 15 मिनट विच ही बस तोर दित्ती। क्लियर है बेटे? नेक्स्ट, बलोची दरवाजे दे अंदर वड़दिया लेखक नूं किसकी खुशबू महसूस हुई? यस बेटे, किसकी खुशबू महसूस हुई? अपने भेरे पिंडियां विसरियां यादां दी। हुण मैं सारे आंसर करैक्ट बोल दिंदी हां बेटे, जिहड़ियां नाल ऑप्शन देख लियो उन्हूं देख के समझ के आंसर टिक करने हन। जिहड़ा पासपोर्ट ते आमद ते रुखसत दे दस्तखत किसने इक्को वारी कर दिते? पुलिस इंस्पैक्टर ने, तां जो उसनूं कोतवाली आउण दी जरूरत ना पवे, क्योंकि उसदे कोल सिर्फ भेरा पिंड देखण दे लई 3 घंटे दा समा है। क्लियर है बच्चे? चौधरी गुलाम मोहम्मद दे पुत्तर दा की नाम है? अनवर। किन्नी उम्र दा है? 18 साल दा। अनवर नूं भेज के किसनूं बुलाया गया? ताया जी नूं, चाचा जी नूं, दोस्त मोहम्मद नूं? यस बेटे, के सिकंदर नूं, दोस्त मोहम्मद नूं बुलाया गया। किन्नू भेज के बुलाया? अनवर नूं भेज के। किसने भेजा? चौधरी गुलाम मोहम्मद ने। जदों लेखक ने अपना घर देखा तो भावुक क्यों हो गया? उसनूं किसकी याद आई? अपने माता जी दी, अपनी भैन दी, अपने पिता जी दी, अपने घर दी। यस बेटे, किसकी याद आई है? जी हाँ, अपनी भैन दी। जो अपनी भैन दी, वेरी गुड। वो इन्ना भावुक क्यों गया? क्योंकि उसकी भैन इस दुनिया तो जा चुकी है। वो अपनी मरी पई भैन नूं याद करके, मरी हुई भैन नूं याद करके बहुत ज्यादा जज्बाती हो गया। किसनूं उलांभा दिंदा है? किसनूं उलांभा दिंदा है? अपने माता पिता नूं, अपने गुरु नूं, रब नूं, अपने आप नूं। किसनूं उलांभा दिता है उसने अपनी मरी पे हुई भैन नूं याद करके? यस बेटे, प्रतीक्षा, किसनूं उलांभा दिता है? प्रतीक्षा, यस मैम, रिपीट करना क्वेश्चन। बेटे, लेखक ने अपनी मरी हुई भैन नूं याद करके किसनूं उलांभा दिता है? अपने गुरु नूं, रब नूं, अपने माता पिता नूं, अपने आप नूं? रब नूं। रब नूं उलांभा दिता है कि जिसने उस तों उसकी भैन बहुत ही जल्दी खो ली सी। क्लियर है बेटे? उसने किया कि उसने किया, रब नूं किया कि रब्बा मेरी भैन मेनूं रब्बा मेरी मोड़ दे, इन्ना कि फर्श ते लेट गया। क्लियर है बेटे? इस तरह उन्हें भेरा आसपास दे लोग भेरा पिंड देखिया, उसकी सारियां यादां ताजियां हो गईयां। उसनूं वो समा याद आ गया जदों अपने बचपन विच अपने साथियों दे नाल खेड़दा हुंदा सी, हरे भरे खेतां दा आनंद माणदा हुंदा सी। ਇਹ ਹੁਣ ਤੁਸੀਂ ਚੈਪਟਰ ਅੱਛੀ ਤਰ੍ਹਾਂ ਰੀਡ ਕਰਕੇ ਬੇਟੇ ਤੁਸੀਂ ਟੈਸਟ ਦੇਣਾ ਹੈ। ਅੱਛੀ ਤਰ੍ਹਾਂ ਰੀਡ ਕਰਨਾ, ਥੋਰਲੀ ਇੱਕ ਇੱਕ ਲਾਈਨ ਚੰਗੀ ਤਰ੍ਹਾਂ ਪੜ੍ਹਨੀ ਹੈ। ਹੁਣ ਆਪਾਂ ਗੱਲ ਕਰੀਏ ਅਣਡਿੱਠੀ ਕਾਫ ਟੁਕੜੀ। ਮੈਮ, ਅਣਡਿੱਠੀ ਕਾਫ ਟੁਕੜੀ ਦਾ ਪੈਰਾ ਵੀ ਆਏਗਾ ਨਾਲ? ਹਾਂਜੀ ਬੇਟੇ, ਪੈਰਾ ਆਏਗਾ। ਯੈਸ, ਹੁਣ ਦੇਖੋ ਅਣਡਿੱਠੀ ਕਾਫ ਟੁਕੜੀ ਦਾ ਪੈਰਾ ਮੈਂ ਲਿਖਦੀ ਹਾਂ, ਉਹਨੂੰ ਸਮਝੋ। ਥੈਂਕ ਯੂ ਮੈਮ। ਦਾਤਾ ਦੀਆਂ ਬੇਪਰਵਾਹੀਆਂ ਤੋਂ, ਦਾਤਾ ਦੀਆਂ ਬੇਪਰਵਾਹੀਆਂ ਤੋਂ, ਓਏ ਬੇਪਰਵਾਹ ਡਰਿਆ ਕਰ,
बेपरवाह डरिया कर, ध्यान नाल सुनो लाइंस, तू हर दम 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 करदा है, तू हर दम 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 करदा है, दम देने ने दम भरिया कर, दम देने ने दम भरिया कर, ओ पल विच जल थल कर देंदा, ओ पल विच जल थल कर देंदा, कौन परमात्मा, ये किदे वाल इशारा है, दाते वाल, दाता किस लिए वरत्या है, परमात्मा लई, ओ पल विच जल थल कर देंदा, नोट करो, ये सागर सोच के तरिया कर, ये सागर, केड़ा सागर, संसार सागर, सोच के तरिया कर, ये दुनिया तिलकन बाजी है, तिलकन बाजी, थोड़ चिरी, सदीवी नहीं है, वक्ती है, तू पैर समझ के तरिया कर, तू पैर समझ के तरिया कर, क्वेश्चंस ने मनुख नु किस तो डरन दी चेतावनी देती है, तकड़े तो, माड़े तो, परमात्मा तो, अमीरा गरीबा तो, यस बटे बोलो आंसर, किस तो डरन दी चेतावनी देती है, यस बटे, प्रतीक्षा परमात्मा तो, परमात्मा तो डरन दी, दाता शब्द किस लिए आया है, गुरु लई, पिता लई, परमात्मा लई, परमात्मा लई, मनुख हर समय कादा लोभी बनिया होया है, अपने रोब दा, धन दौलत दा, कोठिया कारां दा, परमात्मा दे नाम दा, यस बेटे, धन दौलत दा, धन दौलत दा, ए दम शब्द है ना, हर दम 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 करदा है, ए दम शब्द किदे लई आया है, हर वेले, ए दम दम दा की मतलब है पैसा, दम देने ने दम भरिया कर, सां चले जाने हन, एक दम दा मतलब है सां, एक इस करके रुकिया भी कर, सां लिया भी कर, दम देने ने दम भरिया कर, कहिंदा क्यों तू हर दम, चार वारी दम शब्द आया, केड़े केड़े अर्थां च इहदा मीनिंग आ सकदा, हर दम दा की मतलब है, दम दम दा की मतलब है, हर दम दा मतलब है हर वेले, दम दम दा मतलब है पैसा, और दम देने ने दम भरिया कर, सां ही निकल जाने हन, नेक्स्ट क्वेश्चन, इन्हां सत्रां विच दम देने दा की अर्थ है, दम देने दा अर्थ है श्वास त्यागने हन, ये सां निकल जाने हन, कौन पल विच जल थल कर दिंदा है, पल विच, एक सेकंड विच, अख दे फोर विच, कौन, संसारिक जीव, अमीर ते तकड़े, दोस्त मित्र के परमात्मा, परमात्मा, परमात्मा भारी बनाए, भिखारी तो राज कराए, भिखारी तो राजा बना दिंदा, राजे तो भिखारी बना दिंदा है, लास्ट क्वेश्चन है, इन्हां सत्रां विच दुनिया बारे की कहा गया है, थोड़ चिरी ते वक्ती है, सदीवी है, पदार्थ पदार्थां वाली है, जां धन दौलत नाल भरी हुई है, केड़ी है दुनिया, ये दुनिया बेटे दिव्या, यो जी है दुनिया, ये दुनिया थोड़ चिरी है, वक्ती है, इत्थे किसी ने भी हर वेले टिके नहीं रहना, इस तरह बेटे तुसी अणडिठी काफ टुकड़ी नूं समझ के क्वेश्चनां दे आंसर देने हन बेटे, अज्ज दा टेस्ट अच्छी तरह प्रिपेयर करना है, और सब बच्चों ने टेस्ट विच अपीयर होना है।